ਗਾਮਾ ਸਾਡੇ ਪਿੰਡ ਦਾ ਗੱਭਰੂ ਜਵਾਨ ਸੀ, ਚੋਖਾ ਮਾਲਦਾਰ ਤੇ ਜਵਾਨੀ ਦਾ ਵੀ ਮਾਨ ਸੀ। ਕਰਦਾ ਸੀ ਨਸ਼ਾ ਤੇ ਨਸ਼ੇ ਹੀ ਉਹਦੇ ਯਾਰ ਸਨ। ਐਸ ਪਾਰੂ ਉਹ ਉਹਦੇ ਨਾਲ ਕਰਦੇ ਸਨ ਪਿਆਰ। ਜਿਹੜੀ ਕੁੜੀ ਪਿੰਡ ਦੀ ਜਵਾਨ ਹੋ ਜਾਂਦੀ ਸੀ, ਗਾਮੇ ਨੇ ਤਾਂ ਫਟ ਦਿਲੋਂ ਜਾਨ ਨੂੰ ਭਾਉਂਦੀ ਸੀ। ਇੱਕ ਦਿਨ ਨਾ ਵਾਵਾ ਨਸ਼ੇ ਵਿੱਚ ਟੁੰਨ ਸੀ, ਪੋਰਾ ਨਹੀਂ ਸੀ ਹੋਸ਼ ਤੇ ਦਿਮਾਗ ਵੀ ਸੁੰਨ ਸੀ। ਅੱਖਾਂ ਤੇ ਲਾਲੀ ਤੇ ਹਨੇਰਾ ਛਾਇਆ ਹੋਇਆ ਸੀ। ਗਾਮੇ ਦੀਆਂ ਸੋਚਾਂ ਤੇ ਸ਼ੁਭਾਬ ਆਇਆ ਹੋਇਆ ਸੀ। ਲੰਘੀ ਉਸ ਵੇਲੇ ਗਾਮੇ ਕੋਲੋਂ ਇੱਕ ਜਨੀ ਸੀ, ਦੂਰੋਂ ਜਾਂਦੀ ਵੇਖ ਉਹਦੀ ਜਾਨ ਤੇ ਬਣੀ ਸੀ। ਨਸ਼ੇ ਵਿੱਚ ਉਹਦੇ ਪਿੱਛੇ ਪਿੱਛੇ ਟੁਰ ਪਿਆ ਸੀ। ਵੇਖਣੇ ਦਾ ਸ਼ੌਂਕ ਹੱਦੋਂ ਵੱਧ ਗਿਆ ਸੀ। 8-10 ਕਿੱਲੇ ਦੂਰੋਂ ਪਿੰਡੋਂ ਮਜ਼ਾਰ ਸੀ, ਧੁੰਮਾਂ ਉਸ ਬਾਬੇ ਦੀਆਂ ਨਹਿਰੋਂ ਔਰ ਪਾਰ ਸੀ। ਜਨੀ ਉਸ ਦਰਬਾਰ ਤੇ ਵੜ ਗਈ, ਗਾਮੇ ਦੀ ਸੂਈ ਤੇ ਉਹਦੇ ਦੀਦਾਰ ਤੇ ਅੜ ਗਈ। ਵੇਖਿਆ ਜੋ ਉਹਨੇ ਉਹਨੂੰ ਉਹਦੇ ਪੈਰਾਂ ਵਿੱਚ ਬਹਿ ਗਿਆ, ਰੰਗ ਉਹਦਾ ਉੱਡਿਆ ਤੇ ਨਸ਼ਾ ਸਾਰਾ ਲੈ ਗਿਆ। ਵੇਖ ਕੇ ਆਖਿਆ, ਮਾਂ ਜੀ ਇੱਥੇ ਹੈਰ ਨਾ ਲਾਇਓ, ਭਰੀਆਂ ਨੇ ਅੱਖਾਂ, ਕਿਹੜਾ ਦਰਦ ਲੈ ਕੇ ਆਏ ਹੋ? ਕਹਿਣ ਲੱਗੀ, ਹਰ ਜੁਮੇਰਾਤ ਮੈਂ ਇੱਥੇ ਆਉਂਦੀ ਹਾਂ, ਹਰ ਫੇਰੇ ਗੱਲੇ ਵਿੱਚ ਹੈਰ ਤੇਰੀ ਪਾਉਂਦੀ ਹਾਂ, ਤੇਰੇ ਲਈ ਇੱਥੇ ਤੇਰ ਮੰਤਾ ਨੇ ਮੰਨੀ ਆ। ਛੋਟੀ ਜਾਨ ਇਹ ਤੇਰੇ ਸਿਗਟਰਾਂ ਤੇ ਪੰਨੀਆਂ, ਪੁੱਤਰਾ ਮੈਂ ਬਾਬੇ ਕੋਲੋਂ ਕੀਤੀਆਂ ਨੇ ਅਰਜ਼ਾਂ, ਜਿਉਂਦਾ ਰਵੇ ਛਾਲਾ ਨਾਲ ਛੁੱਟ ਜਾਣ ਮਰਜ਼ਰਾਂ। ਕਹਿਣ ਲੱਗਾ, ਡੁੱਬਿਆ ਸੀ ਹੁਣ ਤਰ ਪਿਆ, ਕਸਮੇ ਮੈਂ ਮਰਨ ਤੋਂ ਪਹਿਲਾਂ ਮਰ ਗਿਆ ਵਾਂ, ਖਸਮਾਂ ਨੂੰ ਖਾਣੇ ਐ ਨਸ਼ੇ ਮੈਨੂੰ ਪੁੱਟਿਆ, ਫੜ ਸਮਾਨਾ ਤੂੰ ਬੁੰਝੇ ਮੈਨੂੰ ਛੁੱਟਿਆ, ਥੋਕ ਦਿੱਤਾ ਮੈਨੂੰ ਸਿਗਰਟ ਤੇ ਵਾਂਗੂ ਮੈਨੂੰ ਝੂਠਿਆ, ਤੇਰੇ ਉੱਤੇ 125,000 ਲਾਂਤਾਂ ਵਿੱਚ ਸੁੱਟਿਆ।